मौर्या साम्राज्य ने पौने 200 साल हिंदुस्तानी लोगों की रतन जोड़ी उन्होंने लुटिया के जन्मदिन समर्पित अज मुल्क दे विच बड़ी गिनती किसान मजदूर नौजवान विद्यार्थी पीएसडी ਤੁਸੀਂ ਰੰਧਾਵੇ ਦੇ ਜਥੇਬੰਦਕ ਸੁੱਤੇ ਆਗੂ ਖੁਸ਼ਿਆਰ ਸਿੰਘ ਸਲੇਮਗੜ ਉਹ ਵੀ ਪਿਆਰ ਰਹਿਣ ਜੀ ਆਓ ਕੀ ਪਤਨ ਜੀ ਧਰਮ ਨਿਰਪੱਖਤਾ ਦੀ ਗੱਲ ਕਰਦਾ ਸੀ ਉਸ ਨੂੰ ਲੈ ਕੇ ਸਾਥੀਓ ਤੁਸੀਂ ਇੱਥੇ ਪਹੁੰਚੇ ਹੋ ਵੱਡੀ ਗਿਣਤੀ ਚ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਮੈਂ ਬੇਨਤੀ ਵਿਚਾਰਾਂ ਤੇ ਇਨਕਲਾਬੀ ਨਾਟਕ ਵੇਖਣ ਲਈ ਪਹੁੰਚੇ ਹੋ ਕਿਉਂਕਿ इनकलाब जिंदाबाद साम्राज्यवाद मुर्दाबाद आजादी हले अधूरी है प्रधान जी किवें देखते हो जिहड़ा पंजाब सरकार ने ऐलान किए भी असीं पराली जिहड़ी है वह फूकण नहीं दिंदे कि भी जिहड़ा सारा विभाग लावांगे जो किसी भी कोई छुट्टी नहीं दिती जाएगी तो 96% जिहड़ी सबसिडी दिती जाएगी जिहड़ी ड्रिलां मशीनां देखो ये तो बयान हर एक बारी सरकार जिहड़ी हुंदी है पहला कांग्रेस की सरकार ने भी यही बयान दिता सी उस तों पहला मुख्यमंत्री अमरिंदर ने उहदा भी यही बयान सी भी किसी नूं पराली नहीं फूकण देवांगे अधिकारियों की ड्यूटी लाते असी 10,000 अधिकारी लाते असी ये लाता वो लाता ये कोई अल्टरनेटिव नहीं है असी पराली नहीं फूकना चाहते तुम्हें पता भी असी प्रदूषण नहीं करना चाहते प्रदूषण के खिलाफ तो साड़ी लड़ाई असी घोल लड़के हटे हैं पहला अभी चलता चला पर प्रदूषण का करिए कि जो कोई पराली का हल नहीं है सरकार के कोल सरकार कोई हल दसे हुए कहें भी असी 40,000 पता नहीं 40 लाख मशीन होर लेके आ रहे हैं 40 लाख मशीन पता नहीं की करनगियां की करनगियां की बनाउणगियां पराली का की बायोगैस तैयार करोगे कितों बंडलिंग करोगे की प्रबंध है किमें बंडोगे तुसीं फिर जदों तुहाडे कोल मशीन का प्रबंध है फिर वो अधिकारी 10,000 कादे वास्ते तैनात कर किया फिर तो लोड़ नहीं जे उन्होंने इन्ना प्रबंध कर रखा भी मशीन आ गई मशीन पराली की बंडलिंग कर देनगियां फिर तो 10,000 अधिकारी तैनात करने का मतलब नहीं 10,000 अधिकारी तैनात का मतलब तो यह है ਜੇ ਤੁਸੀਂ ਪਰਾਲੀ ਫੂਕੋ ਅਸੀਂ ਉਹਨਾਂ ਦੇ ਪਰਚੇ ਦਰਜ ਕਰਾਂਗੇ ਉਹ ਨੋਟ ਕਰਕੇ ਲਾਉਣਗੇ ਕਿਨੇ ਕਿਨੇ ਪਰਾਲੀ ਪ੍ਰਧਾਨ ਜੀ ਇੱਕ ਜਿਹੜਾ ਹੁਣ ਨਵਾਂ ਫਸਲਾਂ ਦੀ ਚੇਂਜ ਵੈਰਸ ਆ ਗਿਆ ਕਿਸਾਨ ਫਸਲਾਂ ਬਾਉਣ ਨੂੰ ਤਿਆਰ ਹੋ ਰਹੇ ਨੇ ਜੀ ਪਰ ਇਹਨਾਂ ਦਾ ਕੋਈ ਇਲਾਜ ਨਹੀਂ ਖੇਤੀਬਾੜੀ ਪ੍ਰਾਪਤ ਕਰ ਲਿਓ ਕੋਈ ਇਲਾਜ ਨਹੀਂ ਇਹਨਾਂ ਕੋਈ ਕਿਸੇ ਕੋਲੇ ਵੀ ਕੋਈ ਇਲਾਜ ਨਹੀਂ ਇਹਨਾਂ ਤੁਸੀਂ ਨਰਮੇ ਦਾ ਕੀ ਕਰਤਾ ਇਹਨਾਂ ਨੇ ਜਿਹੜੀ ਉਹ ਗਰਾਬੀ ਸੂਡੀ ਵੀ ਉਹਦਾ ਕੋਈ ਇਲਾਜ ਨਹੀਂ ਸੀ ਹੁਣ ਫੇਰ ਨੁਕਸਾਨ ਹੋਇਆ ਉਹਦਾ ਹੁਣ ਜਿਹੜਾ ਵਾਇਰਸ ਜੀ ਆਈ ਹੈ ਚਾਈਨੀਜ਼ ਵਾਇਰਸ ਆਈ ਹੈ ਝੋਨੇ ਨੂੰ ਇਹਦਾ ਨਹੀਂ ਕੋਈ ਇਲਾਜ ਪਹਿਲਾਂ ਜਿਹੜੀ ਚਿੱਟਾ ਤੇਲਾ ਪਿਆ ਉਹਦਾ ਨਹੀਂ ਕੋਈ ਇਲਾਜ ਜਿਹਨੇ ਐਂ ਕੋਈ ਇਲਾਜ ਨਹੀਂ ਇਹ ਜਦੋਂ ਇਲਾਜ ਕੱਢਦੇ ਨੇ ਨਾ ਕਿਸੇ ਗੱਲ ਦਾ ਉਦੋਂ ਤਾਕਤ ਦੇ ਵਿੱਚੋਂ ਕੱਢਦੇ ਨੇ ਆਪਣੀ ਤਾਕਤ ਦੇ ਵਿੱਚ ਆਹ ਵੀ ਹੁਣ ਇਹਨਾਂ ਦਾ ਈਗੋ ਭਰਿਆ ਬਿਆਨ ਹੈ ਵੀ ਅਸੀਂ 10,000 ਅਧਿਕਾਰੀਆਂ ਦੀ ਡਿਊਟੀ ਲਾ ਦਿੱਤੀ 10,000 ਦੀ ਡਿਊਟੀ ਨਹੀਂ ਲਾਉਂਗੇ ਵੀ ਦੇਖ ਲਓ ਕਿਹੜੇ ਕਿਹੜੇ ਨੇ ਪਰਾਲੀ ਫੂਕੀ ਹੈ ਉਹਨਾਂ ਦੇ ਪਰਚੇ ਦਰਜ ਕਰ ਦਿਓ ਤੁਸੀਂ ਇਹ ਦੱਸੋ ਵੀ ਤੁਸੀਂ ਪਰਾਲੀ ਦੀ ਕੀਮਤ ਬੰਦ ਹੋ ਪਰਾਲੀ ਦਾ ਕੋਈ ਹੱਲ ਕੱਢ ਦਿਓ ਬਾਈਂਡਿੰਗ ਦਾ ਤਰੀਕਾ ਦੱਸ ਦਿਓ ਅਸੀਂ ਆਪ ਹੀ ਨਹੀਂ ਫੂਕਣਾ ਚਾਹੁੰਦੇ ਪਰਾਲੀ ਅਸੀਂ ਕੱਲੀ ਪਰਾਲੀ ਨਹੀਂ ਫੂਕਦੇ ਅਸੀਂ ਜ਼ਮੀਨ ਵੀ ਫੂਕਦੇ ਹਾਂ ਸਾਨੂੰ ਧੂੰਆਂ ਸਾਡੂ ਵੀ ਚੜਦਾ ਸਾਡੇ ਬੱਚੇ ਨੇ ਸਾਡੇ ਜਵਾਕ ਨੇ ਅਸੀਂ ਆਪਣੇ ਜਵਾਕਾਂ ਨੂੰ ਪਾਲਣਾ ਚਾਹੁੰਦੇ ਸਾਨੂੰ ਤਾਂ ਸਾਡੇ ਦਰਖਤ ਮੱਚਦੇ ਆ ਅਸੀਂ ਕਿਉਂ ਫੂਕਾਂਗੇ ਪਰਾਲੀ ਪ੍ਰਧਾਨ ਜੀ ਇੱਕ ਲਗਾਤਾਰ ਜਿਹੜਾ ਕਿਸਾਨਾਂ ਵੱਲੋਂ ਪਹਿਲਾਂ ਮੈਸਰਖਾਨੇ ਦੇ ਵਿੱਚ ਜਿਹੜਾ ਹੋਇਆ ਜੀ ਹੁਣ ਇਹਦਾ ਦੁਬਾਰਾ ਫਿਰ ਜਿੱਥੇ ਨੈਸ਼ਨਲ ਹਾਈਵੇ ਨਿਕਲ ਰਿਹਾ ਸੀ ਉੱਥੇ ਵੀ ਕਿਸਾਨਾਂ 'ਤੇ ਲਾਠੀ ਚਾਰਜ ਕੀਤਾ ਗਿਆ ਪਹਿਲਾਂ ਸਰਕਾਰ ਦੂਜੇ ਨੂੰ ਕਹਿੰਦੀ ਸੀ ਵੀ ਕਿਸਾਨਾਂ 'ਤੇ ਲਾਠੀ ਚਾਰਜ ਪਰ ਹੁਣ ਭਗਵੰਤ ਮਾਨ ਦੀ ਸਰਕਾਰ 'ਚ ਪੂਰੇ ਫਰਕ ਨਹੀਂ ਬਾਈ ਇਹਨਾਂ 'ਚ ਉਹੀ ਸਰਕਾਰ ਹੈ ਉਹੀ ਤਰੀਕਾਕਾਰ ਹੈ ਡਾਂਗ ਨਾਲ ਡਾਂਗ ਦੇ ਜ਼ੋਰ 'ਤੇ ਜੇ ਕਿਸਾਨਾਂ ਦੀਆਂ ਜ਼ਮੀਨਾਂ ਇਹਨਾਂ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਲੈਣੀਆਂ ਨੇ ਪਹਿਲਾਂ ਸੜਕਾਂ 'ਚ ਕੱਢੀਆਂ ਨੇ ਪੰਜਾਬ ਦੇ ਵਿੱਚ ਪਹਿਲਾਂ ਨਹੀਂ ਰੌਲਾ ਪਿਆ ਪਹਿਲਾਂ ਜਦੋਂ ਇਹਨਾਂ ਦੀ ਸੜਕਾਂ ਦੇਖੋ ਇੱਥੋਂ ਚੰਡੀਗੜ੍ਹ ਨੂੰ ਬਠਿੰਡੇ ਉੱਤੇ ਇੰਨੀ ਸੜਕ ਨਿਕਲੀ ਹੈ
ਇੱਥੋਂ ਸੰਗਰੂ ਬਰਨਾਲੇ ਤੋਂ ਅੰਮ੍ਰਿਤਸਰ ਤੱਕ ਗਈ ਹੈ ਸੜਕ। ਕਿੰਨੀਆਂ ਸੜਕਾਂ ਨੇ ਜਿਹੜੀਆਂ ਨਿਕਲੀਆਂ, ਨੈਸ਼ਨਲ ਹਾਈਵੇ ਨਿਕਲੇ ਨੇ, ਉਹਨਾਂ ਜ਼ਮੀਨਾਂ ਕਿਸਾਨਾਂ ਧੋਲੀਆਂ ਨੇ, ਕੋਈ ਰੌਲਾ ਨਹੀਂ ਪਿਆ ਕਿਉਂਕਿ ਉਹਨਾਂ ਨੂੰ ਪੂਰੇ ਪੈਸੇ ਮਿਲ ਗਏ। ਹੁਣ ਉਹਨਾਂ ਨੂੰ ਪੂਰੇ ਪੈਸੇ ਨਹੀਂ ਦਿੰਦੇ, ਇੱਥੇ 50 ਲੱਖ ਦੇ ਰਹੇ ਨੇ, ਉੱਧਰ 25 ਕਰੋੜ ਦੇ ਰਹੇ ਨੇ, ਨਾ ਹੀ ਕਿਤੇ 20 ਲੱਖ ਦੇ ਰਹੇ ਨੇ ਕਿੱਲੇ ਦਾ। ਇਸ ਤਰ੍ਹਾਂ ਜਿਹੜਾ ਫਰਕ ਹੈ, ਇਹ ਮਤਭੇਦ ਹੈ, ਇਹ ਠੀਕ ਨਹੀਂ ਹੈ। ਜੇ ਸਰਕਾਰ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਲੈਂਦੀ ਹੈ, ਉਹ ਕੰਪਨੀ ਜ਼ਮੀਨ ਲੈ ਰਹੀ ਹੈ, ਕੰਪਨੀ ਫਿਰ ਪੂਰੀ ਮਾਰਕੀਟ ਰੇਟ ਦੇਵੇ ਇਹਨਾਂ ਨੂੰ। ਉਹਨਾਂ ਤੋਂ ਜਾਬਰੀ ਧੱਕੇ ਨਾਲ ਡਾਂਗ ਦੇ ਜ਼ੋਰ ਨਾਲ ਲੈਣ ਦਾ, ਜਿਹੜਾ ਜ਼ਮੀਨਾਂ ਦੱਪਣ ਲੈਣ ਦਾ। ਤੁਸੀਂ ਹੁਣ ਇੱਧਰ ਲੁਧਿਆਣੇ ਚੱਲ ਰਿਹਾ ਭਾਰਤ ਵਾਲਾ ਪ੍ਰੋਜੈਕਟ, ਇੱਧਰ ਬਠਿੰਡੇ 'ਚ ਵੀ ਚੱਲ ਰਿਹਾ, ਉਹਨਾਂ ਦਾ ਮੰਗ ਹੀ ਹੈ ਵੀ ਸਾਨੂੰ ਪੂਰੀ ਕੀਮਤ ਦਿਓ। ਹਾਲਾਂਕਿ ਕਿਸਾਨਾਂ ਇੱਦਾਂ ਮੰਗ ਹੁੰਦੇ ਵੀ ਸਾਨੂੰ ਤਾਂ ਸੜਕ ਦੀ ਲੋੜ ਨਹੀਂ, ਅਸੀਂ ਤਾਂ ਸੜਕ ਨੂੰ ਜ਼ਮੀਨ ਦਿੰਦੇ ਨਹੀਂ। ਜਿਹਦਾ ਇਸ ਕਿਸਮ ਦੀ ਗੱਲ ਹੋਵੇ ਉਹਦਾ ਖਾਸੀ ਵੱਡੀ ਗੱਲ ਹੈ, ਉਹਦਾ ਮੰਗ ਹੀ ਕੀਮਤ ਰਹੇ। ਫਿਰ ਕੀਮਤ ਜਿੰਨੀ ਤੁਸੀਂ ਪੂਰੀ ਇੱਕੋ ਕੀਮਤ ਤੈਅ ਕਰ ਦਿਓ, ਸਿਰੇ ਤੋਂ ਲੈ ਕੇ ਸਿਰੇ ਤੱਕ ਕਿਉਂ ਕੀਮਤ ਦਿਓ ਸਾਰਿਆਂ ਨੂੰ।